ਫਿਰੋਜ਼ਪੁਰ ਦੇ ਪਿੰਡ ਝਾੜੀਵਾਲਾ ਦੇ 3 ਨੌਜਵਾਨਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਆਪਣੇ ਘਰੋਂ ਵਿਆਹ ਸਮਾਗਮ ਦੇ ਲਈ ਕੱਪੜੇ ਖਰੀਦਣ ਲਈ ਗਏ ਸਨ ਕਿ ਇਸੇ ਦੌਰਾਨ ਫਿਰੋਜ਼ਪੁਰ ਫਰੀਦਕੋਟ ਰੋਡ ਤੇ ਪਿੰਡ ਦੀ ਇੱਕ ਨਹਿਰ ਦੇ ਨੇੜੇ ਇਹਨਾਂ ਦਾ ਮੋਟਰਸਾਈਕਲ ਟਕਰਾ ਗਿਆ। ਜਾਣਕਾਰੀ ਮੁਤਾਬਕ ਕਿਸੇ ਵਾਹਨ ਦੇ ਵੱਲੋਂ ਇਹਨਾਂ ਨੂੰ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਜਿਸ ਤੋਂ ਬਾਅਦ ਇਹ ਨਹਿਰ ਦੇ ਵਿੱਚ ਜਾ ਡਿੱਗੇ। ਫਿਲਹਾਲ ਗੋਤਾਖੋਰ ਵੱਲੋਂ ਇਹਨਾਂ ਤਿੰਨਾਂ ਨੌਜਵਾਨਾਂ ਦੀ ਭਾਲ ਜਾਰੀ ਹੈ। ਇਹਨਾਂ ਦੀ ਉਮਰ 20, 21 ਅਤੇ 17 ਸਾਲ ਹੈ। ਕੀ ਨਾਂ ਤੁਹਾਡਾ ਬਾਪੂ? ਹਰਵੰਸ ਸਿੰਘ। ਹਰਵੰਸ ਸਿੰਘ ਮੈਂਬਰ ਹਾਂ। ਕਿਹੜੇ ਪਿੰਡ ਦੇ ਬੱਚੇ ਸੀਗੇ, ਕਿੰਨੇ ਬੱਚੇ ਸੀਗੇ ਔਰ ਕਿਵੇਂ ਲਾਪਤਾ ਹੋਏ, ਕੀ ਸਾਰਾ ਮਾਮਲਾ? ਝਾੜੀਵਾਲੇ ਦੇ ਬੱਚੇ, ਉਹਨਾਂ ਦੇ ਚਾਚੇ ਦੇ ਪੋਤਰੇ ਦਾ ਵਿਆਹ ਸੀ, ਅਸੀਂ ਵੀ ਉੱਥੇ ਸਗਨ 'ਤੇ ਗਏ। ਸਗਨ ਸੀ ਉੱਥੋਂ, ਉਹ ਨੱਚ ਕੁੱਦ ਕੇ ਆਏ ਆ, ਉਹਨੇ ਨਾ ਕਿਹਾ ਕੱਪੜੇ ਲਿਆਈਏ, ਰੱਬ ਜਾਣੇ। ਤਿੰਨੇ ਜਣੇ ਚੜ੍ਹ ਗਏ ਆ 6 ਵਜੇ 6:15 ਵਜੇ 6:21 ਮਿੰਟ 'ਤੇ ਉਹਨਾਂ ਨੇ ਰੁਕਣੇ ਵਾਲਾ ਪਾਰ ਕਰਿਆ। 6:24-25 ਮਿੰਟ 'ਤੇ ਆ ਗਏ ਇੱਥੇ। 7 ਵਜੇ ਤੋਂ ਬਾਅਦ ਉਹ ਫੋਨ ਲਾਉਣ ਕੇ ਘਰ ਵਾਲੇ ਵੀ ਆਏ ਨਹੀਂ। ਜਦੋਂ ਆਏ 8 ਵਜੇ ਮੋਟਰਸਾਈਕਲ ਇੱਥੇ ਪਿਆ ਸੀ, ਕੋਈ ਸਬੂਤ ਨਹੀਂ ਲੱਭੇ। ਫਿਰ ਜਾ ਕੇ ਦੱਸਿਆ, ਫਿਰ ਅਸੀਂ ਨਹਿਰਾਂ ਨੂਹਰਾਂ ਵੇਖਦੇ ਰਹੇ, ਹਸਪਤਾਲ ਵੇਖੇ, ਥਾਣੇ ਵੇਖੇ। ਸੁਬਾਹ ਫਿਰ ਸਾਰੇ ਪਿੰਡ ਇੱਥੇ ਸੀ ਅਤੇ ਸੁਬਾਹ ਮੋਟਰਸਾਈਕਲ ਇੱਥੇ ਲਾਇਆ ਪਿਆ ਸੀ। ਕਿੱਧਰ ਗਏ ਬੱਚੇ, ਕੋਈ ਲੱਗਾ? ਸਾਨੂੰ ਨਹੀਂ ਲੱਭੇ। ਇਹ ਨਹਿਰ 'ਚ ਡਿੱਗ ਨਹੀਂ ਸਕਦੇ, ਜਾਂ ਤਾਂ ਚੱਕ ਕੇ ਸੁੱਟਦੇ ਗਏ ਨੇ ਜਾਂ ਕੋਈ ਚੱਕ ਕੇ ਲੈ ਗਿਆ। ਇੱਕ ਡਿੱਗ ਸਕਦਾ, ਚਲੋ ਐਕਸੀਡੈਂਟ ਹੋ ਗਿਆ ਮੰਨਦੇ ਹੁੰਦੇ ਆ, ਇਹ ਖੂਨ ਨਿਕਲੇ, ਕੋਈ ਲੱਤ ਬਾਂਹ ਟੁੱਟੇ, ਕੱਪੜਾ ਦਿਆਵੇ ਕਿ ਚਵਲੀ, ਕੋਈ ਸਾਨੂੰ ਸਬੂਤਾਂ ਦਿਆ ਜੀ। ਫਿਰ ਅਸੀਂ ਉਹਦੇ ਮਗਰ ਲੱਗ ਗਈ, ਲੱਭ ਲਈਏ ਜਿਹੜੀ ਚੀਜ਼ ਵਿੱਚ ਵੱਜੀ ਨਾ, ਤਾਂ ਸਾਨੂੰ ਉਹਦਾ ਸਬੂਤ ਆ ਵੀ ਕੀ ਵੱਜੀ ਹੈ ਅਤੇ ਨਾ ਸਾਡਿਆਂ ਦਾ ਕੁਝ। ਪੁਲਿਸ ਕੀ ਕਹਿੰਦੀ ਹੈ? ਪੁਲਿਸ ਪਹਿਲਾਂ ਗੱਲ ਨਹੀਂ ਸੁਣਦੀ, ਫਿਰ ਧਰਨਾ ਲਾਇਆ, ਫਿਰ ਇਹਨਾਂ ਦਾ ਕੈਮਰਾ ਖਿਲਾਇਆ, ਉਹਦੇ ਸਾਡਾ ਡਿਲੀਟ ਹੋ ਗਿਆ। ਤੁਸੀਂ ਹੁਣ ਕੀ ਚਾਹੁੰਦੇ? ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚੇ ਸਾਨੂੰ ਮਿਲ ਜਾਣ, ਕਿੱਥੇ ਵੀ ਹੈਗੇ ਆ, ਸਾਨੂੰ ਸਬਰ ਆ ਜੇ। ਚਾਹੋ ਕਿਸੇ ਨੇ ਮਾਰੇ ਆ, ਚਾਹੋ ਕਰੇ ਆ, ਅਤੇ ਅਸੀਂ ਹੁਣ ਕਮਲੇ ਹੋਏ ਫਿਰਦੇ, ਸਾਰੇ ਪਹਿਰਾਂ ਦੇ ਫਿਰਦੇ। ਸਕੂਲ ਕੀ ਕਹਿੰਦਾ ਕਿ ਉਹ ਡਿਲੀਟ ਕਿਵੇਂ ਹੋ ਗਈ? ਨਾਲੇ ਉਹਨਾਂ ਦਾ ਫੈਕਸ਼ਨ ਸਾਰੀ ਰਾਹ ਚੱਲਿਆ, ਯਾਰ ਅਸੀਂ ਬੰਦ, ਸਾਡਾ ਉਸ ਵੇਲੇ ਬੰਦ ਸੀ, ਸਾਨੂੰ ਨਹਿਣ ਦਿੰਦੇ। ਅੱਜ ਦਾ ਦਿਨ ਵੇਲੇ, ਕੱਲ੍ਹ ਨੂੰ ਅਸੀਂ ਬਾਹਰ ਧਰਨਾ ਲਾਵਾਂਗੇ। ਕਿਹਦੇ ਬਾਹਰ ਧਰਨਾ? ਆ ਸਕੂਲ ਦੇ। ਹਾਂ, ਲਾਵਾਂਗੇ, ਪਬਲਿਕ ਸਕੂਲ ਦੇ ਲਾਵਾਂਗੇ, ਸਾਨੂੰ ਕੋਈ ਨਿਆਂ ਮਿਲੇ। ਅਤੇ ਤੁਹਾਡਾ ਸਾਰੀ ਰਾਤ ਫੰਕਸ਼ਨ ਤਾਂ ਤੁਹਾਨੂੰ ਪਤਾ ਹੀ ਨਹੀਂ, ਹੋ ਸਕਦਾ ਇਹਨਾਂ ਤੋਂ ਹਾਸਾ ਹੋਇਆ ਹੋਵੇ। ਅਸੀਂ ਤਾਂ ਸਮਝ, ਤੁਹਾਨੂੰ ਇਹਨਾਂ 'ਤੇ ਵੀ ਸ਼ੱਕ ਹੈਗਾ, ਜਦੋਂ ਸਾਡੀ ਗੱਲ ਹੀ ਨਹੀਂ ਸੁਣਦੇ। ਕੀ ਕਹਿੰਦੇ ਸਕੂਲ ਵਾਲੇ, ਕੀ ਕਹਿੰਦੇ? ਹਾਂ, ਸਾਡਾ ਤਾਂ ਬੰਦ ਸੀ, ਆ ਵੇਖ, ਸਾਡਾ ਸਾਨੂੰ ਨਹੀਂ ਪਤਾ। ਜਦਕਿ ਤਾਂ ਫੰਕਸ਼ਨ ਸੀਗਾ ਰਾਤ, ਪਰਸੋਂ ਸੀ, ਪਰਸੋਂ 18 ਤਰੀਕ ਨੂੰ, ਜਿਸ ਦਿਨ ਬੱਚੇ ਲਾ, 18 ਦੇ, ਹਾਂ 18 ਦੇ ਕੈਮਰੇ ਵੇਖੇ, ਸੁਬਾਹ ਨਹੀਂ ਵੇਖੇ, 2:30 ਵਜੇ ਤੋਂ ਬਾਅਦ ਆਏ ਆ ਜੀ। ਉਦੋਂ ਪਹਿਲਾਂ ਪ੍ਰਸ਼ਾਸਨ ਕਿੱਥੇ ਸੀ? ਅੱਛਾ, ਪਹਿਲਾਂ ਨਹੀਂ ਆਇਆ ਕੁਝ? ਨਹੀਂ, ਆਏ ਸੀ, ਆ ਕੇ ਗਏ ਚਲੇ, ਕੈਮਰੇ ਵੇਖਦੇ ਆ। ਪਹਿਲਾਂ ਕਹਿੰਦਾ ਵੀ ਕੈਮਰੇ 2:30 ਵਜੇ ਬੰਦ ਆ, ਫਿਰ ਜਦੋਂ ਪ੍ਰਸ਼ਾਸਨ ਆਇਆ, ਮੈਡਮ ਆਏ, ਉਦੋਂ ਕਹਿੰਦੇ ਵੀ 6:00 ਕੈਮਰੇ ਬੰਦ ਹੋਏ, 6:20-22:40 ਦੀ ਘੰਟਾ ਘਟਨਾ, ਤੇ 6:00 ਕੈਮਰੇ ਬੰਦ ਹੋ ਗਏ। ਅੱਛਾ, ਤੇ ਪ੍ਰਸ਼ਾਸਨ ਨੇ ਮੰਨ ਲਓ ਵੀ ਕੀ ਨਹਿਰ ਬਾਰੇ ਕੀ ਕੀਤਾ, ਵੀ ਨਹਿਰ 'ਚ ਪਾਣੀ ਘਟਾਇਆ ਜਾਂ ਗੋਤਾਖੋਰ ਛੱਡੇ ਆ, ਮੰਨ ਲਓ ਕੀ ਕਾਰਵਾਈ ਕੀਤੀ? ਚੱਲ ਮੁੰਡੇ ਨਹਿਰ 'ਚ ਹੀ ਡਿੱਗੇ ਲਾ ਲਓ, ਤੇ ਪ੍ਰਸ਼ਾਸਨ ਨੇ ਕੁਛ ਤਾਂ ਕੀਤਾ ਹੋਊ ਨਾ, ਵੀ ਨਹਿਰ 'ਚ ਭਾਲ ਕੀਤੀ ਹੋਊ ਜਾਂ ਕੀ ਕਰਤਾ ਹੋਊ, ਕੁਛ ਤਾਂ ਚਾਹੀਦਾ ਨਾ। ਅੱਛਾ, ਪਿੰਡ ਵਾਲੇ ਵੱਲੋਂ? ਫਿਰੋਜ਼ਪੁਰ ਤੋਂ ਬੌਬੀ ਖੁਰਾਨਾ ਦੀ ਰਿਪੋਰਟ, ਪੰਜਾਬ ਟੂਡੇ।